ਜਿਹਨਾਂ ਕੋਲ ਅਸੀਂ ਕੈਮਰਾ ਹਾਇਰ ਕੀਤਾ ਸੀਗਾ ਉਹਨਾਂ ਨੇ ਸਾਰਾ ਜਿਹੜਾ ਸਾਡਾ ਨਾ ਕੰਟੈਂਟ ਆਪਣੇ ਕੋਲ ਥੱਲੇ ਰੱਖ ਲਿਆ, ਔਰ ਥੱਲੇ ਰੱਖ ਕੇ ਸਾਨੂੰ ਇੱਕ ਤਰ੍ਹਾਂ ਨਾਲ ਬਲੈਕਮੇਲਿੰਗ ਕਰ ਰਹੇ ਵੀ ਨਹੀਂ, ਇੰਨੇ ਪੈਸੇ ਦਿਓਗੇ ਤਾਂ ਹੀ ਆਪਣਾ ਇਹ ਜਿਹੜਾ ਅਸੀਂ ਰਿਲੀਜ਼ ਕਰਾਂਗੇ, ਅਦਰਵਾਈਜ਼ ਨਹੀਂ ਹੋ ਪਾਏਗਾ। ਇਹ ਕੈਮਰਾ ਜਿਹੜਾ ਪ੍ਰੋਵਾਈਡ ਕਰ ਰਿਹਾ ਇਹ ਉਹਨਾਂ ਦਾ ਇੱਕ ਰੂਹ ਹੈ ਜਿਹੜਾ ਕੈਮਰੇ ਨੂੰ ਸੰਭਾਲਦਾ, ਇਹ ਉਹਨਾਂ ਦੀ ਰਿਸਪੋਂਸੀਬਿਲਿਟੀ ਹੈ ਨਾ। ਹੁਣ ਉਹ ਜ਼ਿੰਮੇਵਾਰੀ ਸਿਰਫ ਆਪਣੀ ਛੱਡ ਕੇ ਸਾਨੂੰ ਆਪਣਾ ਥੱਲੇ ਲੈਣਾ ਚਾਹੁੰਦੇ ਨੇ, ਉਹ ਮਜਬੂਰੀ ਦਾ ਫਾਇਦਾ ਉਠਾ ਰਹੇ। 2 ਮਹੀਨੇ ਹੋ ਗਏ ਸਿਰਫ ਸਾਨੂੰ ਇਹ ਨੈਗੋਸ਼ੀਏਟ ਕਰਦੇ ਨੂੰ, ਜਿਹੜਾ ਕਿ ਸਾਨੂੰ ਕੋਈ ਲੜ ਪੱਲਾ ਨਹੀਂ ਫੜਾ ਰਹੇ। ਜੇ ਉਹ ਫਿਲਮ ਰਿਲੀਜ਼ ਨਹੀਂ ਹੋਏਗੀ ਜਾਂ ਪ੍ਰੋਡਿਊਸਰ ਹੀ ਮਾਰਿਆ ਜਾਏਗਾ ਤੇ 125 ਬੰਦੇ ਨੂੰ ਢਾਲ ਲੱਗੇ ਕਿ ਪ੍ਰੋਡਿਊਸਰ ਤਾਂ ਮਰੇਗਾ ਹੀ, ਉਹਦੇ ਨਾਲ 125 ਘਰ ਹੋਰ ਹੈ ਜਿਹੜਾ ਬਰਬਾਦ ਹੋਏਗਾ। ਅਸੀਂ ਤਾਂ ਇਸ ਵੇਲੇ ਨਾ ਇੱਧਰ ਜੋਗੇ ਨਾ ਉੱਧਰ ਜੋਗੇ ਜੀ, ਦੋਨੋਂ ਪਾਸੇ ਫਸੇ ਹਾਂ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਸੁਖਵਿੰਦਰ ਸਿੰਘ। ਦੋਸਤੋ, ਪੰਜਾਬੀ ਇੰਡਸਟਰੀ ਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਬਹੁਤ ਸਾਰੀਆਂ ਫਿਲਮਾਂ ਆ ਰਹੀਆਂ ਨੇ ਜੋ ਸਾਡੇ ਪਰਿਵਾਰਾਂ ਦੇ ਵਿੱਚ ਬਹਿ ਕੇ ਅਸੀਂ ਦੇਖ ਸਕਦੇ ਹਾਂ। ਪੰਜਾਬੀ ਇੰਡਸਟਰੀ ਕਿਹਾ ਜਾਵੇ ਤਾਂ ਲਗਾਤਾਰ ਗਰੋ ਕਰ ਰਹੀ ਹੈ, ਪੰਜਾਬੀ ਸਿਨੇਮਾ ਲਗਾਤਾਰ ਗਰੋ ਕਰ ਰਿਹਾ, ਔਰ ਪੰਜਾਬ ਦੀ ਨੌਜਵਾਨਾਂ ਨੂੰ ਵੱਡੇ ਮੌਕੇ ਮਿਲ ਰਹੇ ਨੇ। ਹੁਣ ਇੱਕ ਹੋਰ ਫਿਲਮ ਜਲਦ ਹੀ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ, ਪਰ ਉਸ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਕੁਝ ਕੰਟਰੋਵਰਸੀ ਸ਼ੁਰੂ ਹੋ ਚੁੱਕੀ ਹੈ। ਕੀ ਕੰਟਰੋਵਰਸੀ ਹੈ, ਇਸ ਪੂਰੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਉਸ ਫਿਲਮ ਦੇ ਨਿਰਮਾਤਾ, ਡਾਇਰੈਕਟਰ ਔਰ ਐਕਟਰ ਵੀ ਨੇ ਅੰਮ੍ਰਿਤ ਜੁਨੇਜਾ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ। ਜੁਨੇਜਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਸਰ, ਕਿਹੜਾ ਪ੍ਰੋਜੈਕਟ ਤੁਸੀਂ ਲੈ ਕੇ ਆਏ ਹੋ, ਕਿਹੜੀ ਮੂਵੀ ਤੁਸੀਂ ਲੈ ਕੇ ਆਉਣ ਜਾ ਰਹੇ ਹੋ, ਔਰ ਕੀ ਸਮੱਸਿਆਵਾਂ ਤੁਹਾਨੂੰ ਐਟ ਪ੍ਰੈਜੈਂਟ ਨੇ ਉਸ ਮੂਵੀ ਨੂੰ ਰਿਲੀਜ਼ ਕਰਨ 'ਚ? ਸਾਡੀ ਫਿਲਮ ਦਾ ਨਾਂ ਜੀ ਵੱਡਾ ਕਲਾਕਾਰ ਜੀ, ਜਿਹਦੇ ਵਿੱਚ ਯੋਗਰਾਜ ਜੀ ਜੀ, ਆਪਣੇ ਬੀ ਐਨ ਸ਼ਰਮਾ ਜੀ ਜੀ, ਮੈਡਮ ਰਿਸ਼ੀ ਅਲਫਾਜ਼, ਫਿਰ ਉਸ ਤੋਂ ਬਾਅਦ ਆਪਣੀ ਰੂਪੀ ਗਿੱਲ ਜਿਹੜੀ ਐਸ ਕੇ ਫਿਲਮ ਦੀ ਹੀਰੋਇਨ ਸੀਗੀ ਜੀ, ਉਹਦੇ ਵਿੱਚ ਹੈ। ਦਿੱਕਤ ਕੀ ਆ ਰਹੀ ਹੈ ਕਿ ਜਦੋਂ ਇਹ ਸ਼ੂਟ ਚੱਲ ਰਿਹਾ ਸੀਗਾ ਜੀ, ਸ਼ੂਟ ਚੱਲਦੇ ਚੱਲਦੇ ਐਕਸੀਡੈਂਟਲੀ ਜਿਹੜਾ ਕੈਮਰਾ ਸੀਗਾ ਉਹ ਕੈਮਰਾ ਕਰੇਨ ਦੇ ਨਾਲ ਜਿਹੜਾ ਉਹ ਗਿਰ ਗਿਆ ਨੀਚੇ ਜੀ। ਹੁਣ 1 ਕਰੋੜ ਰੁਪਏ ਦੀ ਪ੍ਰੋਪਰਟੀ ਹੈ, ਜਿਹਨਾਂ ਕੋਲ ਅਸੀਂ ਲਿਆ ਉਹ ਆਪਾਂ ਲੀਜ਼ 'ਤੇ ਲਿਆ ਜੀ, ਉਹ ਇੰਸ਼ੋਰਡ ਹੈ ਕੈਮਰਾ, ਸਾਰਾ ਕੁਛ ਆਪਣਾ, ਜਿਵੇਂ ਕੰਪਨੀ ਕਲੇਮ ਕਰ ਸਕਦੀ ਹੈ। ਹੁਣ ਦਿੱਕਤ ਕੀ ਆਈ ਹੈ ਕਿ ਜਿੰਨੀ ਫਿਲਮ ਦਾ ਕੰਟੈਂਟ ਸਾਡਾ, ਜੋ ਫਿਲਮ ਕੰਪਲੀਟ ਹੋ ਚੁੱਕੀ ਹੈ, ਉਸ ਕੰਪਨੀ ਨੇ ਜਿਹਨਾਂ ਕੋਲ ਅਸੀਂ ਕੈਮਰਾ ਹਾਇਰ ਕੀਤਾ ਸੀਗਾ ਉਹਨਾਂ ਨੇ ਸਾਰਾ ਜਿਹੜਾ ਸਾਡਾ ਨਾ ਕੰਟੈਂਟ ਆਪਣੇ ਕੋਲ ਥੱਲੇ ਰੱਖ ਲਿਆ ਜੀ, ਔਰ ਥੱਲੇ ਰੱਖ ਕੇ ਸਾਨੂੰ ਇੱਕ ਤਰ੍ਹਾਂ ਨਾਲ ਬਲੈਕਮੇਲਿੰਗ ਕਰ ਰਿਹਾ ਕਿ ਸਾਡਾ ਕੋਈ 1 ਲੱਖ ਦਾ ਬਿੱਲ ਹੈ ਇਹਨੂੰ ਠੀਕ ਕਰਵਾਉਣ ਦਾ, ਉਹ ਸਾਨੂੰ ਦਿਓਗੇ ਤਾਂ ਅਸੀਂ ਰਿਲੀਜ਼ ਕਰਾਂਗੇ। ਅਦਰਵਾਈਜ਼ ਸਾਡੀ ਡੇਟ ਅਨਾਊਂਸ ਹੋ ਚੁੱਕੀ ਹੈ, ਸਾਡਾ ਆਪਣਾ ਜਿਵੇਂ 16 ਨਵੰਬਰ ਆਪਣਾ ਇਹਦੀ ਰਿਲੀਜ਼ਿੰਗ ਡੇਟ ਹੈ ਜਿਹੜਾ ਅਸੀਂ ਆਲਰੇਡੀ ਅਨਾਊਂਸ ਕਰ ਚੁੱਕੇ ਹਾਂ, ਬਟ 2 ਮਹੀਨੇ ਹੋਏ ਸਿਰਫ ਸਾਨੂੰ ਇਹ ਨੈਗੋਸ਼ੀਏਟ ਕਰਦੇ ਨੂੰ, ਜਿਹੜਾ ਕਿ ਸਾਨੂੰ ਕੋਈ ਲੜ ਪੱਲਾ ਨਹੀਂ ਫੜਾ ਰਹੇ, ਸਾਰਾ ਸਾਡੀ ਪ੍ਰੋਪਰਟੀ, ਸਾਡਾ ਕੰਟੈਂਟ 1 ਕਰੋੜ ਰੁਪਏ ਦਾ ਸਾਰਾ ਕੁਛ ਉਹਨਾਂ ਨੇ ਆਪਣੇ ਥੱਲੇ ਰੱਖਿਆ ਹੋਇਆ, ਔਰ ਇੱਕ ਤਰ੍ਹਾਂ ਨਾਲ ਬਲੈਕਮੇਲ ਕਰ ਰਹੇ ਜੀ। ਕਿਹੜੀ ਇਹ ਕੰਪਨੀ ਹੈਗੀ ਹੈ, ਕਿਹੜੀ ਟੀਮ ਹੈ ਜਿਹੜੀ ਕਿਉਂ ਤੁਹਾਨੂੰ ਬਲੈਕਮੇਲ ਕਰ ਰਹੀ ਹੈ? ਕਿਉਂਕਿ ਜਦੋਂ ਕੋਈ ਵੱਡਾ ਪ੍ਰੋਜੈਕਟ ਜਾਂ ਫਿਲਮ ਆਉਂਦੀ ਹੈ ਉੱਤੇ ਬਹੁਤ ਸਾਰਾ ਪੈਸਾ ਲੱਗਦਾ, 1 ਕਰੋੜ ਰੁਪਇਆ ਲੱਗ ਜਾਂਦਾ, ਔਰ ਉਹਦੇ ਵਿੱਚ ਡੀਲਸ ਹੁੰਦੀਆਂ ਨੇ, ਪੇਪਰ ਸਾਈਨ ਹੁੰਦੇ ਨੇ, ਕੀ ਇੱਦਾਂ ਦੀ ਡੀਲ ਹੋਊਗੀ ਜਿਹੜੀ ਲੈ ਕੇ ਕੰਪਨੀ ਹੁਣ ਤੁਹਾਨੂੰ, ਤੁਸੀਂ ਕਿਹਾ ਬਲੈਕਮੇਲ ਕਰ ਰਹੀ ਹੈ, ਕਿਉਂ ਕਰ ਰਹੀ ਹੈ? ਕੀ ਉਹ ਜਦੋਂ ਆਪਾਂ ਕੈਮਰਾਜ਼ ਹਾਇਰ ਕਰਦੇ ਹਾਂ ਉਹਦੇ ਵਾਸਤੇ ਕੋਈ ਇੱਦਾਂ ਹੁੰਦਾ ਵੀ ਜਦੋਂ ਕੋਈ ਐਕਸੀਡੈਂਟਲ ਕੋਈ ਚੀਜ਼ ਟੁੱਟ ਜਾਂਦੀ ਹੈ ਤਾਂ ਤੁਹਾਨੂੰ ਪੇ ਕਰਨਾ ਪੈਂਦਾ ਜਾਂ ਕੰਪਨੀ ਦੀ ਆਪਣੀ ਜ਼ਿੰਮੇਵਾਰੀ ਹੁੰਦੀ? ਦੇਖੋ, ਕੰਪਨੀ ਦੇ ਕੈਮਰੇ, ਕੰਪਨੀ ਦਾ ਸਾਰਾ ਕੁਛ ਇੰਸ਼ੋਰਡ ਹੈ ਜੀ ਜੀ। ਜੇ ਕੋਈ ਇੱਦਾਂ ਦਾ ਐਕਸੀਡੈਂਟ ਹੋ ਵੀ ਜਾਂਦਾ ਤਾਂ ਇੰਸ਼ੋਰੈਂਸ ਕੰਪਨੀ ਸਾਰਾ ਬੈਕਅਪ ਦਿੰਦੀ ਹੈ, ਔਰ ਇਹ ਮੈਨੂੰ ਇਹ ਵੀ ਉਮੀਦ ਹੈ ਕਿ ਵੀ ਇਹਨਾਂ ਨੇ ਵੀ ਸਾਰਾ ਬੈਕਅਪ ਆਪਣਾ ਲਿਆ ਹੋਏਗਾ, ਪਰ ਇਹ ਕੀ ਕਰ ਰਿਹਾ ਕਿ ਉੱਥੋਂ ਬੈਕਅਪ ਵੀ ਲੈ ਰਹੇ ਨੇ, ਸਾਡੇ ਕੋਲੋਂ ਵੀ ਆਪਣਾ ਜਿਵੇਂ 1 ਲੱਖ ਰੁਪਇਆ ਵਸੂਲ ਕਰਨਾ ਚਾਹੁੰਦੇ ਨੇ, ਜੋ ਕਿ ਧੱਕਾ ਕਰ ਰਹੇ ਇੱਕ ਤਰ੍ਹਾਂ ਨਾਲ, ਔਰ ਬਲੈਕਮੇਲ ਇਸ ਲਈ ਕਰ ਰਹੇ ਕਿ ਸਾਡਾ ਸਾਰਾ ਕੁਛ ਇਹਨਾਂ ਕੋਲ ਪਿਆ, ਅਸੀਂ ਆਪਣਾ ਅੱਗੋਂ ਮੂਵ ਕਰਨ ਲਈ, ਪੋਸਟ ਪ੍ਰੋਡਕਸ਼ਨ ਲਈ, ਬਾਕੀ ਸਾਰਾ ਕੰਮ ਕਰਨ ਲਈ ਇੱਕ ਤਰ੍ਹਾਂ ਨਾਲ ਆਪਣਾ ਖੜੇ ਹਾਂ, ਲਾਚਾਰ ਹਾਂ ਕਿ ਸਾਨੂੰ ਕੁਛ ਸਮਝ ਨਹੀਂ ਆ ਰਿਹਾ ਵੀ ਅਸੀਂ ਕਿਸ ਤਰੀਕੇ ਨਾਲ ਕਿਹਦੇ ਕੋਲ ਸਪੋਰਟ ਮੰਗੀਏ ਤਾਂ ਕਿ ਸਾਡਾ ਕੰਟੈਂਟ ਜਿਹੜਾ ਰਿਲੀਜ਼ ਹੋਵੇ, ਅਸੀਂ 1 ਕਰੋੜ ਰੁਪਇਆ ਜਿਹੜਾ ਫਸਿਆ ਉਹਨੂੰ ਆਪਣਾ ਫਿਲਮ ਰਿਲੀਜ਼ ਕਰਕੇ ਫਿਰ ਆਪਣਾ ਅਸੀਂ ਇਹਨੂੰ ਵਾਪਸ ਲੈ ਕੇ ਆ ਸਕੀਏ। ਔਰ ਉਹ ਕਿਹੜੀ ਕੰਪਨੀ ਹੈ? ਇਸ ਨੇ ਡ੍ਰੀਮ ਕਰਕੇ ਕੰਪਨੀ ਹੈ ਜੀ, ਮੁਹਾਲੀ ਦੀ ਕੰਪਨੀ ਹੈ, ਚੰਡੀਗੜ੍ਹ ਦੇ ਵਿੱਚ ਆਪਣਾ ਇਹਨਾਂ ਦੀ ਇੰਪਲੋਈ ਹੈ, ਇਹਨਾਂ ਦੇ ਜਿਹੜੇ ਮੇਨ ਮਾਲਕ ਉਹ ਕੈਨੇਡਾ 'ਚ ਬੈਠੇ ਆ ਜੀ, ਜਿਨ੍ਹਾਂ ਨਾਲ ਕਾਫੀ ਵਾਰੀ ਅਸੀਂ ਆਪਣਾ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ, ਜੋ ਸਾਨੂੰ ਕੋਈ ਲੜ ਪੱਲਾ ਨਹੀਂ ਫੜਾ ਰਹੇ, ਉਹ ਕਹਿੰਦੇ ਜੀ ਸਾਡਾ ਪੈਸਾ ਆਪਣਾ ਕਲੀਅਰ ਕਰੋ ਤਾਂ ਅਸੀਂ ਤੁਹਾਡਾ ਕੰਟੈਂਟ ਦੇਵਾਂਗੇ, ਸਾਡੀਆਂ ਸਾਰੀਆਂ A to Z ਜਿੰਨੀਆਂ ਓਰਿਜਨਲ ਹਾਰਡ ਡਰਾਈਵ ਹੈ, ਹਾਰਡ ਡਿਸਕ ਸਾਰੀਆਂ ਇਹਨਾਂ ਕੋਲ ਪਈਆਂ ਜਿਹੜਾ ਸਾਨੂੰ ਨਹੀਂ ਦੇ ਰਹੇ। ਥੋੜ੍ਹਾ ਦੱਸ ਸਕਦੇ ਹੋ ਇੰਸੀਡੈਂਟ ਕੀ ਸੀਗਾ, ਕਿਵੇਂ ਨੁਕਸਾਨ ਹੋਇਆ? ਇਹ ਕੋਈ 4th-5th ਦਿਨ ਸ਼ੂਟ ਚੱਲ ਰਿਹਾ ਜੀ ਫਿਰੋਜ਼ਪੁਰ ਦੇ ਕੋਲ, ਇੱਕ ਆਪਣਾ ਜਿਵੇਂ ਪਾਕਿਸਤਾਨ ਬਾਰਡਰ 'ਤੇ ਆਪਣਾ ਇੱਕ ਪਿੰਡ 'ਚ ਚੱਲ ਰਿਹਾ ਸੀਗਾ, ਉਹਦੇ 'ਚ ਕਰੇਨ ਲੱਗੀ ਸੀ, ਕਰੇਨ ਦੇ ਵਿੱਚ ਕੈਮਰਾ ਸੀਗਾ, ਹੁਣ ਉਸ ਕੈਮਰੇ ਦੇ ਨਾਲ ਇਹਨਾਂ ਦੇ ਨਾਲ ਆਪਣਾ ਜਿਵੇਂ ਨਾ ਸੰਭਾਲਣ ਵਾਲੇ ਜਿਹਨਾਂ ਇਹਨਾਂ ਦੇ ਆਪਣਾ ਕਰੂ ਕਹਿ ਲਈਏ, ਜਿਹੜਾ ਕੈਮਰੇ ਨੂੰ ਸਿਰਫ ਕੈਮਰੇ ਟੇਕ ਕੇਅਰ ਕਰਦਾ, ਇਹ ਕੈਮਰਾ ਜਿਹੜਾ ਪ੍ਰੋਵਾਈਡ ਕਰ ਰਿਹਾ ਇਹ ਉਹਨਾਂ ਦਾ ਹੀ ਕਰੂ ਹੈ ਜਿਹੜਾ ਕੈਮਰੇ ਨੂੰ ਸੰਭਾਲਦਾ, ਇਹ ਉਹਨਾਂ ਦੀ ਰਿਸਪੋਂਸੀਬਿਲਿਟੀ ਹੈ। ਇਹ ਇਹਨਾਂ ਨੇ ਉਦੋਂ ਫਿਟਿੰਗ ਸਹੀ ਨਹੀਂ ਕੀਤੀ, ਕੀ ਕੀਤਾ, ਇਹ ਕਰੇਨ ਦੇ ਉੱਪਰ ਜਦੋਂ ਕੈਮਰਾ ਚੜਿਆ, ਕੈਮਰਾਮੈਨ ਦੇ ਸਮੇਤ ਕੈਮਰਾ ਥੱਲੇ ਡਿੱਗ ਰਿਹਾ, ਪੂਰੀ ਕਰੇਨ ਵੀ ਥੱਲੇ ਡਿੱਗੀ, ਕੈਮਰਾ ਵੀ ਸਾਰਾ ਥੱਲੇ ਡਿੱਗ ਗਿਆ। ਪਰਮਾਤਮਾ ਵੱਲੋਂ ਬਚਾਇਆ ਹੋ ਗਿਆ ਕਿ
ਫਰੰਟ 'ਤੇ ਆ ਕੇ ਪਹਿਲਾ ਪ੍ਰੋਜੈਕਟ ਕਰ ਰਹੇ ਹਾਂ, ਅਸੀਂ ਵੀ ਆਪਣਾ ਇੱਕ ਫੇਥ 'ਤੇ ਚੱਲਦੇ ਰਹੇ ਵੀ ਠੀਕ ਹੈ ਜੀ ਕੋਈ ਨਹੀਂ ਫਿਲਮ ਕੰਪਲੀਟ ਹੋ ਜਾਏ ਅਸੀਂ ਇਹਨੂੰ ਕੰਪਲੀਟ ਕਰ ਲਾਂਗੇ। ਬੜਾ ਜੁਲਾਈ ਹੋ ਗਈ, ਜੁਲਾਈ ਤੋਂ ਬਾਅਦ ਫਿਲਮ ਕੰਪਲੀਟ ਹੋਇਆ, ਅੱਜ 3 ਮਹੀਨੇ ਹੋ ਚੁੱਕੇ ਆ, 3 ਮਹੀਨੇ ਦਾ ਇਹ ਸਾਰਾ ਕੰਟੈਂਟ ਸਾਡਾ ਸੰਭਾਲ ਕੇ ਬੈਠੇ ਜਿਹੜਾ ਨਹੀਂ ਦੇ ਰਹੇ। ਕਿੱਥੇ ਕੁ ਸੀਗੀ ਉਦੋਂ ਸਟੇਜ ਕੀ ਸੀਗੀ ਫਿਲਮ ਦੀ, ਕਿਸ ਕਿੰਨੇ ਕੁ ਮਤਲਬ ਉਹਦਾ ਡਿਊਰੇਸ਼ਨ ਕਿੱਥੇ ਤੱਕ ਪਹੁੰਚ ਚੁੱਕੀ ਸੀ ਜਿਹੜਾ ਸ਼ੂਟ ਦਾ? ਜਿਹੜਾ ਆਲਮੋਸਟ ਅਜੇ 5 ਦਿਨ ਦਾ ਸ਼ੂਟ ਸੀਗਾ ਜਦੋਂ ਆਪਣਾ ਇਹ ਇੰਸੀਡੈਂਟ ਵਾਪਰਿਆ ਜੀ। 5 ਦਿਨ ਦੇ ਸ਼ੂਟ ਤੋਂ ਬਾਅਦ ਕੰਟੀਨਿਊਸਲੀ ਜਿੰਨੀਆਂ ਆਪਣਾ ਹਾਰਡ ਡਰਾਈਵ ਬੰਦੀਆਂ ਨੇ ਆਪਣੇ ਕੋਲ ਆਪਣਾ ਸੰਭਾਲਦੇ ਰਹੇ, ਸਾਨੂੰ ਇਹਨਾਂ ਨੇ ਕੋਈ ਹਾਰਡ ਡਰਾਈਵ ਨਹੀਂ ਦਿੱਤੀ ਜੀ। ਬੰਦੇ ਵਿੱਚ ਸੀਗੇ, ਅਸੀਂ ਵੀ ਗੁੱਡ ਫੇਥ 'ਤੇ ਰਹੇ ਵੀ ਕੋਈ ਗੱਲ ਨਹੀਂ ਆਪਣੇ ਬੰਦੇ ਵਿੱਚ ਨੇ, ਆਪਣਾ ਇਹ ਸੋਰਟ ਆਊਟ ਹੋ ਜਾਏਗਾ। ਅਸੀਂ ਇੰਡਸਟਰੀ ਦੇ ਹੋਰ ਬੰਦੇ ਪਾਏ ਜਿਹਨਾਂ ਨੂੰ ਪਤਾ ਜਿਹੜੇ ਇੰਡਸਟਰੀ 'ਚ ਕੰਮ ਕਰ ਰਹੇ ਆ, ਜਿਹੜੇ ਦੂਸਰੇ ਕੰਪਨੀਆਂ ਜਿਹੜੀਆਂ ਹੈਂਡਲ ਕਰਦੀਆਂ, ਜਿਹਨੇ ਕੈਮਰਾ ਹੈਂਡਲ ਕਰਦੀਆਂ, ਚੰਡੀਗੜ੍ਹ ਦੇ ਵਿੱਚ ਇਹੋ ਜਿਹੀਆਂ ਕੰਪਨੀਆਂ ਨੇ ਜਿਹਨੀਆਂ ਵਿੱਚ ਪਈਆਂ, ਜਿਨ੍ਹਾਂ ਨੇ ਕਿਹਾ ਕਿ ਵੀ ਇਹਦਾ ਤੁਹਾਡਾ ਇਹਦੇ 'ਚ ਕੋਈ ਲੈਣਾ ਦੇਣਾ ਨਹੀਂ, ਕੋਈ ਦੋਸ਼ ਨਹੀਂ ਹੈ ਕਿ ਜਿਹੜੀ ਬੰਦੀ ਦੇ ਜਿਹਦਾ ਕੈਮਰਾ ਉਹਦੇ ਅਟੈਂਡੈਂਟ ਨਾਲ ਨੇ, ਇਹ ਉਹਨਾਂ ਦੀ ਰਿਸਪੋਂਸਿਬਿਲਿਟੀ ਹੈ, ਤੁਹਾਡਾ ਇਹਦੇ 'ਚ ਕੋਈ ਕੰਸਰਨ ਨਹੀਂ ਹੈ, ਤੁਹਾਡਾ ਬਣਦਾ ਨਹੀਂ ਹੈ। ਪਰ ਅਸੀਂ ਫਿਰ ਵੀ ਆਪਣਾ ਨੈਗੋਸ਼ੀਏਸ਼ਨ ਉੱਤੇ ਆਏ ਕਿ ਵੀ ਚਲੋ ਜੇ ਕੁਛ ਆਪਣਾ ਲੈ ਜਾ ਕੇ ਹੁੰਦਾ ਤਾਂ ਆਪਾਂ ਨੂੰ ਖਤਮ ਕਰੀਏ। ਬਟ ਉਹ ਬੰਦਾ ਇਹੋ ਜਿਹਾ ਨੇ ਕਿ ਉਹ ਟਸ ਤੋਂ ਮਸ ਨਹੀਂ ਹੋ ਰਿਹਾ, ਉਹ ਕਹਿੰਦੇ ਜੀ ਸਾਰਾ ਤੁਹਾਨੂੰ ਆਪਣਾ ਪੇ ਕਰਨਾ ਪੈਣਾ ਤਾਂ ਅਸੀਂ ਦਿਆਂਗੇ ਨਹੀਂ ਤਾਂ ਨਹੀਂ ਦਿਆਂਗੇ। ਕੀ ਡਿਮਾਂਡ ਕੀ ਕਰ ਰਹੇ ਨੇ? ਡਿਮਾਂਡ ਆਪਣਾ 1 ਲੱਖ ਰੁਪਏ ਦੇ ਵਿੱਚ ਹੈ ਜੀ ਵੀ ਆਹ ਸਾਡੇ ਬਿੱਲ ਨੇ, ਉਹ ਪਤਾ ਨਹੀਂ ਦੱਬ ਜਾਣੇ ਹੁਣ, ਅਸੀਂ ਤਾਂ ਸਾਨੂੰ ਉਹਦੇ ਨਾ ਆਈਟਮ ਬਾਰੇ ਪਤਾ ਨਾ ਕੁਛ ਪਤਾ। ਉਹ ਕਹਿੰਦੇ ਜੀ ਸਾਡਾ 1 ਕਰੋੜ ਰੁਪਏ ਦਾ ਕੈਮਰਾ ਜੀ ਅਤੇ 1 ਲੱਖ ਰੁਪਏ ਦੇ ਬਿੱਲ ਨੇ ਉਹ ਦਿਓਗੇ ਤਾਂ ਤੁਹਾਨੂੰ ਕੰਟੈਂਟ ਮਿਲੇਗਾ। ਮਾਲਕ ਕੌਣ ਇਸ ਕੰਪਨੀ ਦੇ, ਕੌਣ ਚਲਾ ਰਹੇ ਨੇ? ਮਾਲਕ ਉਹ ਜੱਸੀ ਜੀ ਹੈਗੇ ਨੇ ਜੀ ਆਪਣਾ ਕੈਨੇਡਾ ਤੋਂ ਜੀ, ਜਿਹੜੇ ਆਪਣਾ ਕੈਨੇਡਾ 'ਚ ਰਹਿੰਦੇ ਨੇ, ਉਹਨਾਂ ਨੇ ਇੱਥੇ ਆਪਣਾ ਕੰਪਨੀ ਇੱਥੇ ਜਿਹੜੀ ਆਪਣੇ ਇੰਪਲੋਈ ਦੇ ਥਰੂ ਇੱਥੇ ਰਨ ਕਰ ਰਹੇ ਨੇ। ਇੱਥੇ ਕੌਣ ਡੀਲ ਕਰਦਾ ਤੁਹਾਨੂੰ? ਇੱਥੇ ਆਪਣਾ ਬਲੈਕਮੇਲਿੰਗ ਕਰਦੇ ਆ, ਕੌਣ ਬਲੈਕਮੇਲ ਕਰ ਰਿਹਾ? ਇੱਥੇ ਉਹਨਾਂ ਦੇ ਆਪਣਾ ਰਿਲੇਟਿਵ ਵੀ ਨੇ ਜਿਨ੍ਹਾਂ ਦੇ ਆਪਣਾ ਜਿਵੇਂ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਕੰਪਨੀ ਨੂੰ ਹੈਂਡਲ ਕਰ ਰਹੇ ਨੇ। ਬਟ ਉਹ ਕਹਿੰਦੇ ਨੇ ਅਸੀਂ ਇੰਪਲੋਈ ਹਾਂ, ਸਾਡੇ ਹੱਥ 'ਚ ਕੋਈ ਪਾਵਰ ਨਹੀਂ ਕੁਛ ਨਹੀਂ ਜੀ, ਜੋ ਸਾਨੂੰ ਕਮਾਂਡ ਆਣੀ ਉੱਥੋਂ ਹੀ ਆਣੀ ਜੀ ਕੈਨੇਡਾ ਤੋਂ। ਜੇ ਦੇਖਿਆ ਜਾਵੇ ਤਾਂ ਕਾਨੂੰਨ ਦਾ ਰਸਤਾ ਵੀ ਇੱਕ ਹੈਗਾ, ਕਾਨੂੰਨ ਤੌਰ ਦੇ ਉੱਤੇ ਕੋਈ ਤੁਹਾਡੇ ਵੱਲੋਂ ਸਟੈਪ ਲਿਆ ਹੋਵੇ ਜਾਂ ਉਹਨਾਂ ਵੱਲੋਂ ਕੋਈ ਇਦਾਂ ਦਾ ਕੁਛ? ਦੇਖੋ ਸਾਡੇ ਵੱਲੋਂ ਤਾਂ ਅਸੀਂ ਮਜਬੂਰ ਹੋ ਗਏ, ਜੇ ਕੁਛ ਨਹੀਂ ਹੋਊਗਾ ਤਾਂ ਫਿਰ ਅਸੀਂ ਆਪਣਾ ਕੰਪਲੇਂਟ ਦਿਆਂਗੇ ਜਾਂ ਪਰਚਾ ਕਰਾਵਾਂਗੇ ਜਾਂ ਆਪਣਾ ਅਨਾਲਿਸਿਸ ਫਿਰ ਥਾਣੇ ਜਾ ਕੇ ਹੋਏਗਾ ਜੀ ਵੀ ਇਹਦਾ ਕੀ ਅਨਾਲਿਸਿਸ ਹੋ ਸਕਦਾ। ਅਸੀਂ ਤਾਂ ਇਸ ਵੇਲੇ ਨਾ ਇੱਧਰ ਜੋਗੇ ਨਾ ਉੱਧਰ ਜੋਗੇ ਜੀ, ਦੋਨੋਂ ਪਾਸੇ ਫਸੇ ਹਾਂ। ਤੁਹਾਨੂੰ ਲੱਗਦਾ ਵੀ ਜਦੋਂ ਇੱਦਾਂ ਦੇ ਇੰਸੀਡੈਂਟਸ ਹੋ ਜਾਂਦੇ ਨੇ ਪੰਜਾਬੀ ਇੰਡਸਟਰੀ ਜਿੱਥੇ ਬਹੁਤ ਅੱਛੀਆਂ ਅੱਛੀਆਂ ਫਿਲਮਾਂ ਦੇ ਰਹੀ ਹੈ, ਉੱਥੇ ਕਿਤੇ ਨਾ ਕਿਤੇ ਢਾਹ ਲੱਗਦੀ ਹੈ ਇੰਡਸਟਰੀ ਨੂੰ? ਬਿਲਕੁਲ ਢਾਹ ਲੱਗਦੀ ਹੈ ਜੀ। ਜਿੰਨੇ ਬੰਦੇ ਉੱਥੇ ਕੰਮ ਕਰ ਰਹੇ ਆ, 125 ਬੰਦੇ ਦਾ ਕਰੂ ਸੀਗਾ ਜਿਹੜਾ ਉੱਥੇ ਕੰਮ ਕਰ ਰਿਹਾ ਸੀ, ਸਾਡੇ ਡਾਇਰੈਕਟਰ ਹੈ ਕੁਲਦੀਪ ਕੌਸ਼ਿਕ ਹੈ, ਸਾਡੇ ਆਪਣਾ ਜਿਹੜੇ ਪ੍ਰੈਜੈਂਟਰ ਹੈ, ਸਾਰਿਆਂ ਨੇ ਬਹੁਤ ਐਫਰਟ ਕਰਕੇ ਆਪਣਾ ਇੱਥੇ ਤੱਕ ਇਸ ਸਟੇਜ ਨੂੰ ਲੈ ਕੇ ਆਏ, ਜਿਨ੍ਹਾਂ ਨੇ ਪੈਸਾ ਵੀ ਪਾਇਆ, ਜਿਨ੍ਹਾਂ ਨੇ ਮਿਹਨਤ ਵੀ ਕੀਤੀ। 125 ਬੰਦੇ ਦਾ ਕਰੀਅਰ ਹੈ, ਉਹਦਾ ਨਾਂ ਆਪਣਾ ਆਉਂਦਾ, ਉਹਨੂੰ ਅੱਗੇ ਕੰਮ ਮਿਲਦਾ ਇਹਦੇ ਨਾਲ। ਜੇ ਉਹ ਫਿਲਮ ਰਿਲੀਜ਼ ਨਹੀਂ ਹੋਏਗੀ ਜਾਂ ਪ੍ਰੋਡਿਊਸਰ ਹੀ ਮਾਰਿਆ ਜਾਏਗਾ ਤੇ 125 ਬੰਦੇ ਨੂੰ ਢਾਹ ਲੱਗੇ ਕਿ ਪ੍ਰੋਡਿਊਸਰ ਤਾਂ ਮਰੇਗਾ ਹੀ, ਉਹਦੇ ਨਾਲ 125 ਘਰ ਹੋਰ ਹੈ ਜਿਹੜਾ ਬਰਬਾਦ ਹੋਏਗਾ। ਤਾਂ ਉਹਦੇ ਲਈ ਇਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਵੀ ਇਹ ਇੱਕ ਬੰਦੇ ਦੀ ਗਲਤੀ ਕਰਕੇ ਵੀ ਸਾਰੀ ਜਿਹੜੀ ਇੰਡਸਟਰੀ ਉਹਨੂੰ ਧੱਕਾ ਲੱਗਦਾ। ਕਿਹੜੇ ਕਿਹੜੇ ਕਲਾਕਾਰ ਤੁਸੀਂ, ਕਿਉਂਕਿ ਕਲਾਕਾਰ ਹਾਇਰ ਕਰਨੇ ਕਿਸੇ ਫਿਲਮ ਦੇ ਲਈ ਉਹ ਵੀ ਬਹੁਤ ਬਹੁਤ ਜ਼ਿਆਦਾ ਪੈਸਾ ਖਰਚਣਾ ਪੈਂਦਾ ਔਰ ਕਲਾਕਾਰਾਂ ਦਾ ਬੜਾ ਕੀਮਤੀ ਟਾਈਮ ਹੁੰਦਾ, ਬੜੀ ਮਿਹਨਤ ਕਰਦੇ ਨੇ। ਕਿਹੜੇ ਕਿਹੜੇ ਕਲਾਕਾਰ ਇਸ ਫਿਲਮ ਦੇ ਵਿੱਚ ਤੁਸੀਂ? ਯੋਗਰਾਜ ਜੀ ਨੇ ਮਿਹਨਤ, ਆਪਣਾ ਜਿਹੜੇ ਲੈਜੈਂਡ ਨੇ ਜੀ ਪੰਜਾਬੀ ਇੰਡਸਟਰੀ ਦੇ ਜੀ, ਮੈਡਮ ਨਿਰਮਲ ਰਿਸ਼ੀ ਨੇ ਜੀ, ਫਿਰ ਉਸ ਤੋਂ ਬਾਅਦ ਸੰਘਾ ਜੀ ਜੀ ਹਰਬੀ, ਉਸ ਤੋਂ ਬਾਅਦ ਫਿਰ ਆਪਣਾ ਜੀ ਬੀ ਐਨ ਸ਼ਰਮਾ ਜੀ ਨੇ ਜੀ, ਫਿਰ ਉਹਦੇ ਨਾਲ ਨਾਲ ਆਪਣਾ ਅਲਫਾਜ਼ ਹੈ ਜੀ, ਰੂਪੀ ਗਿੱਲ ਹੈ ਕੈਨੇਡਾ ਤੋਂ, ਉਹਦੇ ਨਾਲ ਮਲਕੀਤ ਰੋਣੀ ਹੈ, ਜੱਸੀ ਸੰਧੂ, ਬਹੁਤ ਵੱਡਾ ਕੈਨਵਸ ਹੈ ਔਰ ਸਾਰੇ ਇਸ ਗੱਲ ਨਾਲ ਸਾਡੇ ਤਹਿ ਦਿਲੋਂ ਸਾਡੇ ਨਾਲ ਨੇ ਵੀ ਇਹ ਧੱਕਾ ਹੋ ਰਿਹਾ। ਕੋਈ ਉਹਨਾਂ ਵੱਲੋਂ ਕੋਈ ਅਪਰੋਚ ਕੀਤੀ ਗਈ? ਕਿਉਂਕਿ ਉਹ ਬੜੇ ਅਜਿਹੇ ਚਿਹਰੇ ਨੇ ਇੰਡਸਟਰੀ ਦੇ ਵਿੱਚ ਜਿਹਨਾਂ ਦਾ ਬਹੁਤ ਜ਼ਿਆਦਾ ਮਾਣ ਹੈ, ਬਹੁਤ ਜ਼ਿਆਦਾ ਸਨਮਾਨ ਹੈ, ਲੋਕ ਡਾਇਰੈਕਟਰਸ ਤੋਂ ਲੈ ਕੇ ਦਰਸ਼ਕਾਂ ਤੋਂ ਲੈ ਕੇ ਜੇ ਗੱਲ ਕੀਤੀ ਵੀ ਤਾਂ ਇੰਡਸਟਰੀ ਦੇ ਵਿੱਚ ਜਿਹੜੇ ਵੱਡੇ ਡਾਇਰੈਕਟਰਸ ਹੋਏ ਨੇ ਉਹ ਵੀ ਉਹਨਾਂ ਦਾ ਬੜਾ ਮਾਣ ਸਨਮਾਨ ਕਰਦੇ ਨੇ, ਉਹਨਾਂ ਵੱਲੋਂ ਕੋਈ ਅਪਰੋਚ? ਉਹਨਾਂ ਵੱਲੋਂ ਸਾਡੇ ਨਾਲ ਇੱਕ ਸਿੰਪਥੀ ਸੀਗੀ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਜਦੋਂ ਸਾਨੂੰ ਆਵਾਜ਼ ਮਾਰੋਗੇ ਅਸੀਂ ਤੁਹਾਡੇ ਨਾਲ ਹਾਂ, ਕਿ ਧੱਕਾ ਹੋ ਰਿਹਾ ਵੀ ਇੱਦਾਂ ਕਦੀ ਹੁੰਦਾ ਨਹੀਂਗਾ, ਜੇ ਕਰ ਰਹੇ ਨੇ ਤਾਂ ਬੰਦੇ ਧੱਕਾ ਕਰ ਰਹੇ ਨੇ, ਅਸੀਂ ਤੁਹਾਡੇ ਨਾਲ ਖੜੇ ਹਾਂ। ਕਿੰਨਾ ਸ਼ੂਟ ਕਿੰਨਾ ਰਹਿ ਗਿਆ ਸੀਗਾ ਜਦੋਂ ਇਹ ਇੰਸੀਡੈਂਟ ਹੋ ਗਿਆ, ਉਸ ਤੋਂ ਬਾਅਦ ਕਿੰਨਾ ਸ਼ੂਟ? ਉਸ ਤੋਂ ਬਾਅਦ 26 ਦਿਨ ਦਾ ਸ਼ੂਟ ਹੋਰ ਸੀਗਾ ਅਤੇ 26 ਦਿਨ ਦਾ ਸ਼ੂਟ ਸੇਮ ਕਰੂ ਨਾਲ ਅਸੀਂ ਕੀਤਾ, ਸੇਮ ਕੈਮਰਾਮੈਨ, ਸੇਮ ਆਪਣਾ ਅਟੈਂਡੈਂਟ, ਸੇਮ ਸਾਰੇ ਕੁਛ, ਕਿ ਵੀ ਇਹ ਸ਼ੂਟ ਚੱਲ ਰਹੇ ਦੀ ਕੰਟੀਨਿਊਟੀ ਨਾ ਤੋੜੀਏ ਜੀ, ਬਈ ਕਿਤੇ ਨਾ ਕਿਤੇ ਸਟੇਜ 'ਤੇ ਜਾ ਕੇ ਬੰਦੇ ਸੈਟਲ ਕਰ ਲੈਣਗੇ, ਅਸੀਂ ਵੀ ਐਗਰੀ ਹੋ ਜਾਂਗੇ ਵੀ ਠੀਕ ਹੈ ਜੀ, ਬਟ ਇਹ ਜਿੱਦ ਫੜ ਕੇ ਬੈਠ ਕੇ ਵੀ ਨਹੀਂ, ਇੰਨੇ ਪੈਸੇ ਦਿਓਗੇ ਤਾਂ ਹੀ ਆਪਣਾ ਇਹ ਜਿਹੜਾ ਅਸੀਂ ਰਿਲੀਜ਼ ਕਰਾਂਗੇ, ਅਦਰਵਾਈਜ਼ ਨਹੀਂ ਹੋ ਪਾਏਗਾ। ਹੁਣ ਤੁਹਾਡਾ ਜਿਹੜਾ ਸ਼ੂਟ ਦਾ ਸੀਗਾ ਉਹ ਸਾਰਾ ਮਤਲਬ ਡਨ ਹੋ ਚੁੱਕਿਆ? ਪੂਰਾ ਕੰਪਲੀਟ, ਫਿਲਮ ਕੰਪਲੀਟ ਹੋ ਚੁੱਕੀ ਹੈ, ਈਵਨ ਤੋਂ ਗਾਣੇ ਵੀ ਸ਼ੂਟ ਹੋ ਗਏ ਆਪਣਾ ਉਸ ਕੰਟੈਂਟ ਉਹਦੇ ਵਿੱਚ ਜੀ, ਐਡਿਟ ਦੇ ਉੱਪਰ ਫਿਲਮ ਲੱਗੀ ਹੈ ਜੀ, ਉਸ ਤੋਂ ਬਾਅਦ ਪੋਸਟ ਪ੍ਰੋਡਕਸ਼ਨ ਦਾ ਕੰਮ ਚੱਲਣਾ ਜੀ, ਉਹ ਪੋਸਟ ਪ੍ਰੋਡਕਸ਼ਨ ਤਾਂ ਹੈਗੀ ਜਦੋਂ ਓਰੀਜਨਲ ਕੰਟੈਂਟ ਸਾਨੂੰ ਮਿਲੇਗਾ। ਤੇ ਹੁਣ ਸਟੇਜ ਇਹ ਆ ਗਈ ਹੈ ਵੀ ਤੁਸੀਂ ਇੱਕ ਹਿਸਾਬ ਨਾਲ ਜਦੋਂ
ਕਿਉਂਕਿ ਲੋਕ ਆਪਾਂ ਥੀਏਟਰਸ ਵਿੱਚ ਮੂਵੀ ਦੇਖਣ ਜਾਂਦੇ ਆ, 2 ਘੰਟੇ ਦੀ ਮੂਵੀ ਦੇਖ ਕੇ ਆਪਾਂ ਕਹਿ ਦਿੰਦੇ ਆ ਵੀ ਫਿਲਮ ਚੰਗੀ ਨਹੀਂ ਸੀ, ਜਾਂ ਕਈ ਵਾਰ ਬਹੁਤ ਵਧੀਆ ਕਹਿੰਦੇ, ਬਹੁਤ ਵਧੀਆ ਮੂਵੀ ਆ, ਪਰ ਉਹਦੇ ਪਿੱਛੇ ਬੜੀ ਮਿਹਨਤ ਲੱਗਦੀ ਆ। ਕੈਮਰਾ ਜਿਹੜੇ ਸੀਗੇ, ਕਿੰਨੀ ਕੁ ਕੀਮਤ ਦਾ ਜਿਹੜਾ ਕੈਮਰਾ ਹੁੰਦਾ ਜਾਂ ਕਿੰਨਾ ਕੁ ਤੇ? ਵਨ ਆਫ ਦਾ ਬੈਸਟ ਲੇਟੈਸਟ ਕੈਮਰਾ ਹੈ, ਨੋ ਡਾਊਟ ਕਿ ਵੀ ਐਰੀ ਕੈਮਰਾ ਜਿਹੜਾ ਕਰੋੜਾਂ ਰੁਪਏ ਦੀ ਕੀਮਤ ਹੈ, ਵੀ ਇਹ ਨੋ ਡਾਊਟ ਕਿਵੇਂ ਦੀ ਕੀਮਤ ਹੈ, ਪਰ ਇਹ ਕੀਮਤ ਦੇ ਨਾਲ ਨਾਲ ਜਿਹੜਾ ਬੰਦਾ ਕਰੋੜਾਂ ਰੁਪਏ ਦੀ ਪ੍ਰੋਪਰਟੀ ਲੈ ਕੇ ਲੀਜ਼ ਆਊਟ ਕਰ ਰਿਹਾ, ਉਹ ਵੈਰੀ ਮਚ ਸ਼ੋਰ ਕਿ ਉਹਨੇ ਆਪਣਾ ਇੰਸ਼ੋਰਡ ਕਰਾਇਆ ਹੀ ਹੁੰਦੀ ਸਿਸਟਮ। ਜੇ ਮੈਂ ਕਰੋੜ ਰੁਪਏ ਦੀ ਕਾਰ ਚਲਾਉਣਾ, ਮੈਂ ਇੰਸ਼ੋਰ ਕਰਾ ਕੇ ਚੱਲਦਾ, ਜੇ ਕੋਈ ਲੱਗ ਜਾਏਗੀ ਤਾਂ 5-7-10 ਲੱਖ ਦਾ ਖਰਚਾ ਤਾਂ ਮੈਨੂੰ ਬੇਅਰ ਨਹੀਂ ਕਰਨਾ ਪਵੇਗਾ, ਇੰਸ਼ੋਰੈਂਸ ਕੰਪਨੀ ਬੇਅਰ ਕਰੇਗੀ, ਹੈ ਨਾ। ਹੁਣ ਉਹ ਜ਼ਿੰਮੇਵਾਰੀ ਸਿਰਫ ਆਪਣੀ ਛੱਡ ਕੇ ਸਾਨੂੰ ਆਪਣਾ ਥੱਲੇ ਲੈਣਾ ਚਾਹੁੰਦੇ ਨੇ, ਵੀ ਤੁਸੀਂ ਆਪਦਾ ਇੱਧਰੋਂ ਤਾਂ ਮਰੇ ਹੋ, ਤੁਸੀਂ ਇੱਧਰੋਂ ਵੀ ਮਰੋਗੇ, ਕੋਈ ਤੁਹਾਡੀ ਮਜਬੂਰੀ ਹੈ, ਉਹ ਮਜਬੂਰੀ ਦਾ ਫਾਇਦਾ ਉਠਾ ਰਹੇ। ਹੁਣ ਕਿਸ ਸਟੇਜ ਦੇ ਉੱਤੇ ਆ, ਕੀ ਇਸ ਮਸਲੇ ਦਾ ਤੁਹਾਨੂੰ ਕੋਈ ਹੱਲ ਦੇਖ ਰਿਹਾ? ਕਿਉਂਕਿ ਇੰਡਸਟਰੀ ਦੇ ਵਿੱਚ ਮੈਸੇਜ, ਮੈਨੂੰ ਨਹੀਂ ਲੱਗਦਾ ਕੋਈ ਚੰਗਾ ਮੈਸੇਜ ਆਏਗਾ। ਚੰਗਾ ਮੈਸੇਜ ਨਹੀਂ ਹੈ, ਬਹੁਤ ਮਾੜਾ ਮੈਸੇਜ ਜੀ, ਇਹ ਦੁਖੀ ਹਿਰਦੇ ਤੋਂ ਆਪਾਂ ਆਪਣਾ ਇੱਥੇ ਆ ਕੇ ਬੈਠੇ ਹਾਂ ਸਟੂਡੀਓ ਦੇ ਵਿੱਚ ਗੱਲ ਕਰਨ ਲਈ, ਅਦਰਵਾਈਜ਼ 2 ਮਹੀਨੇ ਅਸੀਂ ਘੁਟੇ ਰਹੇ ਵੀ ਗੱਲ ਹੀ ਨਹੀਂ ਕੀਤੀ ਕਿਸੇ ਨਾਲ, ਵੀ ਇਹ ਜਿਹੜਾ ਮੈਟਰ ਇਹਨੂੰ ਖਤਮ ਹੋ ਜਾਵੇ ਅੰਦਰ ਖਾਤੇ ਅਤੇ ਨਿਕਲ ਜਾਏ। ਬਟ ਹੁਣ ਅਸੀਂ ਭਰੇ ਹਾਂ ਆਪਣੇ ਅੰਦਰੋਂ, ਅਸ ਪੂਰੇ ਮੀਡੀਆ 'ਚ ਆਪਣਾ ਲੈ ਕੇ ਆਉਣਾ ਚਾਹੁੰਦਾ, ਵੀ ਇੱਦਾਂ ਦੇ ਬੰਦੇ ਜਿਹੜੇ ਇੰਡਸਟਰੀ 'ਚ ਇਹੋ ਜਿਹਾ ਕੰਮ ਕਰ ਰਹੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਬਾਕੀ ਜਿਹੜਾ ਜਿਹੜਾ ਰੁਜ਼ਗਾਰ ਹੈ, ਰੁਜ਼ਗਾਰ ਸਾਰਿਆਂ ਦਾ ਖਰਾਬ ਹੋ ਰਿਹਾ, ਸਾਡੀ ਵੀ ਹਾਰਡ ਐਂਡ ਮਨੀ ਹੈ ਜਿਹੜੀ ਇਨਵੋਲਵ ਹੋਈ ਹੈ, ਉਹ ਸਾਰੀ ਆਪਣਾ ਅਨਨੈਸੈਸਰੀ ਕਿਸੇ ਪੇਟੇ ਪੈ ਰਹੀ ਹੈ। ਔਰ ਜੇ 3-6 ਮਹੀਨੇ ਆਪਾਂ ਨਹੀਂ ਕਰਦੇ, ਸਾਡਾ ਜਿਹੜਾ ਪੈਸਾ, ਸਾਡੀ ਮਿਹਨਤ, ਸਾਰਾ ਕੁਝ ਆਪਣਾ ਜਿਹੜਾ ਖਰਾਬ ਹੋ ਜਾਏਗਾ। ਜਦੋਂ ਤੁਸੀਂ ਰਿਲੀਜ਼ ਡੇਟ ਦੀ ਵੀ ਗੱਲ ਕੀਤੀ ਹੈ, ਨਵੰਬਰ ਦੀ ਡੇਟ ਰੱਖੀ ਆ, ਉਦੋਂ ਤੱਕ ਸੋਰਟ ਆਊਟ ਹੁੰਦਾ ਕੁਛ ਲੱਗਦਾ? ਜੇ ਨਹੀਂ ਹੁੰਦਾ ਤਾਂ ਅਗਲਾ ਕੀ ਰੁੱਖ ਹੋਊਗਾ? ਕਿਉਂਕਿ ਦਰਸ਼ਕਾਂ ਦੇ ਵਿੱਚ ਇੱਕ ਮੈਸੇਜ ਚਲਾਇਆ ਜਾਂਦਾ ਵੀ ਮੂਵੀ ਆ ਰਹੀ ਹੈ, ਲੋਕ ਤਿਆਰ ਹੋ ਜਾਂਦੇ ਨੇ, 1 ਤਰੀਕ ਨੂੰ ਇੱਕ ਫਿਲਮ ਆ ਰਹੀ ਹੈ, ਆਪਾਂ ਦੇਖਣ ਜਾਵਾਂਗੇ, ਦਰਸ਼ਕਾਂ ਨੂੰ ਜਵਾਬ ਦੇਣਾ ਵੀ ਬੜਾ ਔਖਾ? ਬਹੁਤ ਔਖਾ ਜੀ, ਬਹੁਤ ਔਖਾ, ਵੀ ਸਾਡੇ ਜਿਹੜੇ ਆਪਣੇ ਨੋਨ ਨੇ ਆ, ਜਿਹੜੇ ਸਾਡੇ ਸੋਸ਼ਲ ਮੀਡੀਆ 'ਤੇ ਸਾਨੂੰ ਲੋਕ ਵੇਟ ਕਰ ਰਹੇ ਆ ਕਿ ਵੀ ਯੋਗਰਾਜ ਜੀ ਨੂੰ ਇਸ ਰੂਪ 'ਚ ਦੇਖਾਂਗੇ, ਜਿਹੜਾ ਕਿ ਪਹਿਲੀ ਵਾਰੀ ਇਸ ਤਰੀਕੇ ਦਾ ਜਿਹੜਾ ਕਹਿੰਦੇ ਨਾ ਆਪਣਾ ਰੋਲ ਪਲੇ ਕਰ ਰਹੇ ਆ, ਉਹ ਆਪਣੇ ਆਪ 'ਚ ਉਹਨਾਂ ਨੇ ਪੂਰੇ ਕਰੀਅਰ 'ਚ ਨਹੀਂ ਕੀਤਾ ਜੋ ਇਸ ਫਿਲਮ 'ਚ ਆ ਰਿਹਾ। ਲੋਕਾਂ 'ਤੇ ਬਹੁਤ ਕਰੇਜ਼ ਹੈ, ਲੋਕ ਅਲਫਾਜ਼ ਨੂੰ ਉਸ ਰੂਪ 'ਚ ਦੇਖਣਾ ਚਾਹੁੰਦੇ, ਰੂਪੀ ਗਿੱਲ ਜਿਹੜੀ ਐਸ ਕੇ ਫਿਲਮ ਦੀ ਆਪਣਾ ਇੱਕ ਜਾਨ ਸੀਗੀ ਉਹਨੂੰ ਲੋਕ ਦੇਖਣਾ ਚਾਹੁੰਦੇ ਆ। ਬਟ ਮੈਸੇਜ ਇਹੀ ਜਾ ਰਿਹਾ ਕਿ ਵੀ ਆਪਣਾ ਜੇ ਸਾਡੀ 1-1.5 ਮਹੀਨਾ ਲੇਟ ਹੁੰਦੀ ਹੈ ਤਾਂ ਅਸੀਂ 16 ਨਵੰਬਰ ਨੂੰ ਰਿਲੀਜ਼ ਨਹੀਂ ਕਰ ਪਾਵਾਂਗੇ, ਕਿਉਂਕਿ ਸਾਨੂੰ ਐਟਲੀਸਟ 2 ਮਹੀਨੇ ਚਾਹੀਦੇ ਆ ਉਸ ਕੰਟੈਂਟ ਨੂੰ ਪੋਸਟ ਪ੍ਰੋਡਕਸ਼ਨ 'ਚ ਕੰਪਲੀਟ ਕਰਕੇ ਲੋਕਾਂ ਦੇ ਸਾਹਮਣੇ ਰੂਬਰੂ ਕਰਨ ਲਈ। ਕੀ ਸਟੋਰੀ ਲਾਈਨ ਕੀ ਹੈ, ਥੋੜ੍ਹਾ ਜਿਹਾ ਦੱਸ ਸਕਦੇ ਦਰਸ਼ਕ? ਸਟੋਰੀ ਲਾਈਨ ਬਿਲਕੁਲ ਦੱਸਾਂਗੇ ਜੀ, ਸਟੋਰੀ ਲਾਈਨ ਇਹ ਹੈ ਕਿ ਵੀ ਇਹ ਇੱਕ ਪੁਰਾਣੇ, ਇਹ ਮੈਂ ਸਵਾਲ ਤਾਂ ਪੁੱਛ ਰਿਹਾ, ਕਈ ਵਾਰ ਕੰਟੈਂਟ ਦਾ ਰੌਲਾ ਹੋ ਜਾਂਦਾ, ਕਈ ਵਾਰ ਕਾਪੀਰਾਈਟਸ ਦੀ ਗੱਲ ਹੋ ਜਾਂਦੀ, ਚਲੋ ਇੱਕ ਰਿਕਾਰਡ ਔਨ ਰਿਕਾਰਡ ਗੱਲ ਹੋ ਜਾਏਗੀ, ਆਹ ਸਟੋਰੀ ਸੀਗੀ, ਆਹ ਲਾਈਨ ਸੀਗਾ, ਮੈਂ ਇਸ ਕਰਕੇ ਸਵਾਲ ਤੁਹਾਡੇ ਤੋਂ ਕੀਤਾ। ਸਟੋਰੀ ਲਾਈਨ ਬੜੀ ਇੰਟਰਸਟਿੰਗ ਹੈ ਜੀ, ਜਦੋਂ ਅਸੀਂ ਛੋਟੇ ਸੀਗੇ ਉਦੋਂ 80-85 ਦਸ਼ਕ 'ਚ VCR ਆਉਂਦੇ ਸੀ ਜਿਹੜੇ ਆਪਾਂ ਕਿਰਾਏ 'ਤੇ ਲੈ ਕੇ ਆਉਂਦੇ ਸੀ, ਸੋ ਇੱਕ ਪਿੰਡ ਦਾ ਮਾਹੌਲ ਹੈ ਜਿਹਦੇ 'ਚ VCR ਕਿਰਾਏ 'ਤੇ ਲੈ ਕੇ ਆਉਂਦੇ, ਸੰਘਾ ਜੀ ਆਪਣਾ ਜਿਵੇਂ ਉਹ ਪਿੰਡ ਦੇ ਬਣੇ ਨੇ ਲੰਬੜ ਜਿਹੜੇ VCR ਲਾਉਂਦੇ ਆ ਜੀ, ਸੋ ਉਹ ਕਿੱਦਾਂ ਲੋਕ 5-5 ਰੁਪਏ 2-2 ਰੁਪਏ ਪਾ ਕੇ ਇੱਕ ਵਿਹੜੇ ਦੇ ਵਿੱਚ ਬਹਿ ਕੇ VCR ਦੇਖਦੇ ਨੇ, ਉਹ ਸੰਘਾ ਜੀ ਕਿੱਦਾਂ ਆਪਣਾ ਦਿਖਾਉਂਦੇ ਨੇ, ਕਾਮੇਡੀ ਟੱਚ ਹੈ ਪੂਰਾ ਜੀ। ਫਿਰ ਅਲਫਾਜ਼ ਜਿਹੜਾ ਉਹਦੇ ਫਾਦਰ ਜਿਹੜੇ ਯੋਗਰਾਜ ਸਿੰਘ ਨੇ, ਯੋਗਰਾਜ ਸਿੰਘ ਖੁਦ ਫਿਲਮ ਦੇ ਵਿੱਚ ਯੋਗਰਾਜ ਸਿੰਘ ਨਹੀਂ ਹੈ, ਯੋਗਰਾਜ ਦੇ ਫੈਨ ਨੇ ਓਕੇ, ਜੋ ਯੋਗਰਾਜ ਨੂੰ ਐਕਟ ਕਰ ਰਹੇ ਆ ਜੀ, ਔਰ ਹਰੇਕ ਗੱਲ ਵਿੱਚ ਜਿਵੇਂ ਉਹ ਅਗਰ ਮੱਝ ਨੂੰ ਪੱਠੇ ਵੀ ਪਾ ਰਹੇ ਤਾਂ ਯੋਗਰਾਜ ਦੇ ਸਟਾਈਲ 'ਚ ਪਾਉਂਦੇ ਆ, ਜੋ 80 ਦੇ ਦਸ਼ਕ 'ਚ ਉਹਨਾਂ ਦੀ ਫਿਲਮਾਂ ਆਉਂਦੀਆਂ ਸੀ, ਜੇ ਉਹ ਕੋਈ ਵੀ ਘਰ 'ਚ ਗੱਲ ਕਰ ਰਹੇ, ਕੋਈ ਕੰਮ ਕਰ ਰਹੇ, ਉਹਨਾਂ ਦੇ ਅੰਦਰ ਇੱਕ ਯੋਗਰਾਜ ਦੱਬਿਆ ਜਿਹਨੂੰ ਆਪਣੇ ਹਰੇਕ ਗੱਲ ਨਾਲ, ਹਰੇਕ ਵਾਕਿਆ ਨਾਲ ਆਪਣਾ ਉਹ ਬਾਹਰ ਕੱਢਣ ਲਈ ਆਪਣਾ ਆਤੁਰ ਰਹਿੰਦੇ ਆ। ਨਿਰਮਲ ਰਿਸ਼ੀ ਉਸ ਗੱਲ ਤੋਂ ਖਿੱਚਦੀ ਹੈ ਤਾਂ ਕਿ ਉਹਨਾਂ ਦਾ ਮੁੰਡਾ ਜਿਹੜਾ ਅਲਫਾਜ਼ ਬਣਿਆ ਇਸ ਫਿਲਮ ਦੇ ਵਿੱਚ, ਅਤੇ ਮੱਖਣ ਜਿਹਦਾ ਨਾਂ ਹੈ, ਅਤੇ ਯੋਗਰਾਜ ਜੀ, ਉਹ ਦੋਨੋਂ ਫਿਲਮਾਂ ਦੇ ਕਰੇਜ਼ੀ ਹੈ, ਉਹ ਫਿਲਮ ਦੇਖਣਾ ਚਾਹੁੰਦੇ ਆ, ਫਿਲਮ 'ਚ ਐਕਟ ਕਰਨਾ ਚਾਹੁੰਦੇ, ਪਰ ਉਹਨਾਂ ਨੂੰ ਜ਼ਿੰਦਗੀ 'ਚ ਕਦੀ ਮੌਕਾ ਨਹੀਂ ਮਿਲਦਾ, ਅਤੇ ਫਿਰ ਕਿੱਦਾਂ ਇਹ ਫਿਲਮ ਅਲਫਾਜ਼ ਆਪਣਾ ਪੈਸੇ ਇਕੱਠੇ ਕਰਕੇ, ਚੋਰੀ ਕਰਕੇ, ਰਿਸ਼ਤੇਦਾਰਾਂ ਕੋਲ ਮੰਗ ਕੇ ਕਿੱਦਾਂ ਪੈਸੇ ਇਕੱਠੇ ਕਰਕੇ ਇੱਕ ਕਰੈਕਟਰ ਵਿੱਚ ਹੈਗਾ ਜੀ ਆਪਣਾ, ਜਿਹਦਾ ਨਾਂ ਹੈ ਦਿਦਾਰ ਗਿੱਲ, ਜਿਹੜੇ ਬੜੇ ਕਿ ਇੰਟਰਸਟਿੰਗ ਵੇ ਨਾਲ ਪਹਿਲੇ ਛੋਟੇ ਛੋਟੇ ਰੋਲ 'ਚ ਆਇਆ, ਬਟ ਇਸ ਫਿਲਮ 'ਚ ਉਹਨੇ ਕਮਾਲ ਹੀ ਕਰ ਦਿੱਤੀ ਹੈ, ਉਹਦੀ ਇੱਕ ਇਸਟੈਬਲਿਸ਼ਮੈਂਟ ਹੈ। ਸੋ ਕਿਸ ਤਰੀਕੇ ਨਾਲ ਫਿਲਮ ਬਣਦੀ ਹੈ, ਉਹ ਪੂਰਾ ਕਾਮੇਡੀ ਟੱਚ ਹੈ, ਉਹ ਫਿਲਮ ਬਣਦੀ ਵੀ ਹੈ, ਫਿਰ ਜਿਹੜੀ ਮਾਤਾ ਵਿਰੋਧ ਕਰਦੀ ਹੈ ਉਹ ਮਾਤਾ ਉਹਦੇ ਨਾਲ ਹੁੰਦੀ ਹੈ, ਪੂਰੇ ਪਰਿਵਾਰ ਦਾ ਸਾਥ ਮਿਲਦਾ, ਫਿਲਮ ਕੰਪਲੀਟ ਹੋਣ ਤੋਂ ਬਾਅਦ ਫਿਲਮ ਦੇ ਵਿੱਚ ਫਿਲਮ ਸ਼ੂਟ ਹੁੰਦੀ ਹੈ, ਔਰ ਫਿਲਮ ਅਖੀਰ 'ਚ ਰਿਲੀਜ਼ ਹੁੰਦੀ ਹੈ, ਔਰ ਯੋਗਰਾਜ ਸਿੰਘ, ਅਲਫਾਜ਼, ਉਹਦੀ ਮਦਰ, ਪੂਰੀ ਫੈਮਿਲੀ, ਉਹ ਇੱਕ ਤਰ੍ਹਾਂ ਦਾ ਕਲਾਕਾਰ ਦੇ ਰੂਪ ਵਿੱਚ ਇੱਕ ਉਹਦੇ ਪਰਦੇ ਦੇ। ਬੜੀ ਇੰਟਰਸਟਿੰਗ ਗੱਲ ਦੱਸੀ ਹੈ ਤੁਹਾਡੀ, ਖੁਦ ਦੀ ਫਿਲਮ ਜਿਹੜੀ ਹੈ ਰਿਲੀਜ਼ ਦੇ ਕੰਡੇ ਹੋਣ ਦੇ ਉੱਤੇ ਇੱਕ ਬੜੀ ਮੁਸੀਬਤ ਦੇ ਵਿੱਚ, ਮੁਸੀਬਤ ਦੇ ਵਿੱਚ ਘਿਰੀ ਪਈ ਹੈ, ਔਰ ਫਿਲਮ ਦੇ ਵਿੱਚ ਤੁਸੀਂ ਫਿਲਮ ਰਿਲੀਜ਼ ਕਰ ਰਹੇ ਹੋ, ਬੜਾ ਇੰਟਰਸਟਿੰਗ ਪਾਰਟ ਹੈ। ਇੱਕ ਡਾਇਰੈਕਟਰ ਦੇ ਲਈ ਇੱਕ ਸੁਪਨਾ ਹੁੰਦਾ, ਇੱਕ ਪ੍ਰੋਡਿਊਸਰ ਦੇ ਲਈ, ਇੱਕ ਐਕਟਰ ਦੇ ਲਈ ਵੱਡਾ ਸੁਪਨਾ ਹੁੰਦਾ ਕਿ ਉਹ ਜਿਹੜੀ ਚੀਜ਼ ਜੋ ਪਰਦੇ 'ਤੇ ਲੋਕਾਂ ਨੂੰ ਦਿਖਾਉਣਾ ਚਾਹੁੰਦਾ, ਇੱਕ ਕਿਰਦਾਰ ਜਿਹੜਾ ਹੈਗਾ ਉਹ ਪਰਦੇ 'ਤੇ ਲੋਕਾਂ ਦੇ ਵਿੱਚ ਉਸ ਕਿਰਦਾਰ 'ਚ ਖੁੱਭ ਕੇ ਲੋਕਾਂ ਨੂੰ ਦਿਖਾ ਸਕੇ। ਪਰ ਇਸ ਫਿਲਮ ਦੀ ਇੰਟਰਸਟਿੰਗ ਗੱਲ ਜਿਹੜੀ ਸਾਹਮਣੇ ਆਈ ਹੈ ਕਿ
उस तरीके नाल उस लैवल दे उस कैटागरी दे लोग जिहड़े बॉम्बे इंडस्ट्री दे बॉलीवुड दे जिहड़े प्रोफेशनल लोग है उन्होंने ये फिल्म शूट की है और बहुत ही इंट्रस्टिंग वे नाल आपां रफ कट देखिया बहुत ही मज़ेदार फिल्म बनी है पर अंदरों दुख यही हुंदा फिर उत्थे करके कि रफ कट जिहड़ा बन गया जो सानू वधिया लग्या जां अच्छा महसूस होया असीं चाहुंदे सी लोगां दे सामने रूबरू जल्दी तों जल्दी लैके आईए बट ओह किसे कारणवश इत्थे अपना आके फस गया। अमृत जी एक गल होर मैं जानना चाहूँगा, अजकल पुराने समय में लोग दर्शक देखना पसंद कर रहे हैं और इक्यूपमेंट्स जिहड़े फिल्म बनाउण दे विच बड़े महंगे लग रहे हैं, कोई खर्चा घटिया प्रोड्यूसर का कोई डायरेक्टर का? क्योंकि सैट बनाउण दे विच पहला सीगा भी विदेश जाके पंजाबी फिल्मों का शूट हुंदा सी उहदे उत्ते खर्चा आउंदा सीगा, शिमले मनाली जां कितें होर जाके सैट लाउणा पैंदा सी, हुण कच्चे घरां दे उत्ते गल आ गई है, हुण कुछ फर्क पिया बजट दे उत्ते? बजट 'च कोई फर्क नहीं जी, फिल्म का बजट उही है क्योंकि क्रू आना खर्चा डेली जो खर्चा होना ओना ही है, जो अपना ताम जाम करना पैंदा सारा ओना ही है, क्योंकि जे तुसीं ਕਿਸੇ ਯੂਜ਼ ਸੈੱਟ ਜਾਂ ਫਿਰ ਆਪਣਾ ਸੈੱਟ ਬਣਾ ਕੇ ਕਰੋਗੇ ਸਿਰਫ ਸੈੱਟ ਦਾ ਡਿਫਰੈਂਸ ਆਏਗਾ, ਬਾਕੀ ਇਕਿਪਮੈਂਟ ਸਭ ਉਨੇ ਰਹਿਣੇ ਆ ਤਾਂ ਖਰਚਾ ਆਲਮੋਸਟ ਉਨਾ ਹੀ ਹੁੰਦਾ ਜੀ। ਈਵਨ ਦੋ ਪੁਰਾਣੇ ਸਮੇਂ 'ਚ ਜਾਣ ਲਈ ਸਾਨੂੰ ਉਹਦੇ ਜਿਹੜੇ ਕੋਸਟਿਊਮ ਹੈ ਉਹਦਾ ਇਨਵਾਇਰਮੈਂਟ ਹੈ ਉਲਟਾ ਪ੍ਰੋਪਸ ਉਹੋ ਜਿਹੇ ਕ੍ਰੀਏਟ ਕਰਨੇ ਪੈਂਦੇ ਆ ਤਾਂ ਕਿ ਉਹ ਕਿਤੇ ਵੀ ਫੀਲ ਨਾ ਆਵੇ, ਜਿਵੇਂ ਸਮਝੋ ਕਿਤੇ ਅਸੀਂ ਸ਼ੂਟ ਕਰ ਰਹੇ ਹਾਂ ਅਤੇ ਵਿੱਚੇ ਆਪਣਾ ਪਿੱਛੇ ਕੋਈ ਲੱਗਿਆ ਆਪਣਾ ਡਿਸ਼ ਆ ਜਾਂਦੀ ਹੈ ਅਸੀਂ ਦਿਖਾ ਦਿੰਦੇ ਹਾਂ ਅਸੀਂ ਦਾ ਸਮਾਂ ਔਰ ਉਹ ਸਾਨੂੰ ਧਿਆਨ ਰੱਖਣਾ ਪਏਗਾ ਡਿਸ਼ ਹੈਗੀ ਹੈ ਜਾਂ ਨਹੀਂ ਹੈਗੀ, ਜਾਂ ਸਾਨੂੰ ਧਿਆਨ ਰੱਖਣਾ ਪਏਗਾ ਪਿੱਛੇ ਕੋਈ ਮੋਬਾਈਲ ਫੋਨ ਦਾ ਕਿਤੇ ਬੋਰਡ ਤਾਂ ਨਹੀਂ ਲੱਗਿਆ, ਕਿਉਂਕਿ ਉਸ ਸਮੇਂ ਜਾਵਾਂਗੇ ਤਾਂ ਸਾਨੂੰ ਸਾਰੀਆਂ ਚੀਜ਼ਾਂ ਉਸ ਤਰੀਕੇ ਨਾਲ ਇਮੈਜਨ ਕਰਨੀਆਂ ਪੈਂਦੀਆਂ ਤਾਂ ਬਹੁਤ ਸਾਰੇ ਪ੍ਰੋਪਸ ਇਹੋ ਜਿਹੇ ਯੂਜ਼ ਕਰਨੇ ਪੈਂਦੇ, ਕੋਈ ਵੀ ਇੱਦਾਂ ਦਾ ਕੰਟੈਂਟ ਨਾ ਆਵੇ ਜਿਹੜਾ ਉਹਨੂੰ ਮਿਸਮੈਚ ਕਰਦਾ ਹੋਵੇ ਤਾਂ ਉਲਟਾ ਉਹ ਖਰਚਾ ਲੋਡ ਵੱਧਦਾ ਘਟਦਾ ਨਹੀਂ। ਜੀ 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 ਬਿਲਕੁਲ, ਨਿੱਕੀਆਂ ਨਿੱਕੀਆਂ ਗੱਲਾਂ ਛੋਟੀਆਂ ਛੋਟੀਆਂ ਬਰੀਕੀਆਂ ਜਿਹੜੀਆਂ ਸ਼ੂਟ ਦੇ ਟਾਈਮ ਰੱਖਣੀਆਂ ਪੈਂਦੀਆਂ ਨੇ ਔਰ ਕੋਈ ਵੀ ਨਹੀਂ ਚਾਹੂਗਾ ਮੇਰੇ ਸ਼ੂਟ ਦੇ ਉੱਤੇ ਕੋਈ ਵਿਘਨ ਪਵੇ ਜਾਂ ਮੇਰੇ ਸ਼ੂਟ ਦੇ ਉੱਤੇ ਕੋਈ ਨੁਕਸਾਨ ਹੋਵੇ, ਕਿਸੇ ਦਾ ਵੀ ਹੋਵੇ, ਚਾਹੇ ਉਹ ਡਾਇਰੈਕਟਰ ਦਾ ਹੋਵੇ, ਚਾਹੇ ਉਹ ਪ੍ਰੋਡਿਊਸਰ ਦਾ ਹੋਵੇ, ਚਾਹੇ ਉਹ ਐਕਟਰ ਦਾ ਹੀ ਹੋਵੇ, ਚਾਹੇ ਉਹ ਕਿਸੇ ਕਰੂ ਮੈਂਬਰ ਦਾ ਹੀ ਹੋਵੇ, ਕੋਈ ਵੀ ਨਹੀਂ ਚਾਹੁੰਦਾ, ਪਰ ਇਹ ਫਿਲਮ ਜਿਹੜੀ ਹੈਗੀ ਵੱਡਾ ਕਲਾਕਾਰ ਜੋ ਬਹੁਤ ਵੱਡੇ ਕਲਾਕਾਰਾਂ ਦੇ ਨਾਲ ਹੀ ਸ਼ੂਟ ਕੀਤੀ ਗਈ ਉਹ ਅੱਜ ਇੱਕ ਮੁਸੀਬਤ ਦੀ ਘੜੀ ਦੇ ਵਿੱਚ ਹੈ, ਰਿਲੀਜ਼ਿੰਗ ਦਾ ਟਾਈਮ ਰਿਲੀਜ਼ ਹੋ ਚੁੱਕਿਆ ਪਰ ਡਾਇਰੈਕਟਰ ਜੇ ਨੇ ਜੋ ਪ੍ਰੋਡਿਊਸਰ ਨੇ ਐਕਟਰਸ ਨੇ ਉਹਨਾਂ ਦੀਆਂ ਜਿਹੜੀਆਂ ਜਿਹੜੇ ਹੋਪ ਸੀਗੀ ਉਹ ਕਿਤੇ ਨਾ ਕਿਤੇ ਉਹਦੇ ਉੱਤੇ ਵਿਰਾਮ ਲੱਗ ਰਿਹਾ, ਕੀ ਫੀਲ ਕਰਦੇ ਹੋ ਤੁਸੀਂ ਇੰਡਸਟਰੀ ਦੇ ਵਿੱਚ? ਤੁਸੀਂ ਕਿਹਾ ਮੈਂ ਪਹਿਲੀ ਵਾਰੀ ਇਸ ਕੰਮ ਦੇ ਫਰੰਟ ਪੇਜ ਤੇ ਆ ਗਏ, ਅਸੀਂ ਆਪਣਾ ਫਰੰਟ ਫੇਸ ਤੇ ਆ ਗਏ ਪਹਿਲੀ ਵਾਰੀ, ਹਾਂ ਪਹਿਲੀ ਵਾਰੀ ਇਹ ਕਰ ਰਹੇ ਹਾਂ ਪਰ ਆਪਣੇ ਆਪ 'ਚ ਆਪਣਾ ਇੱਕ ਧੱਕਾ ਜਿਹਾ ਮਹਿਸੂਸ ਕਰ ਰਹੇ ਹਾਂ ਵੀ ਇੱਕ ਤਰ੍ਹਾਂ ਲਾਚਾਰ ਫੀਲ ਕਰ ਰਹੇ ਹਾਂ ਵੀ ਕੋਈ ਸਪੋਰਟ ਨਹੀਂ ਹੈ ਇਸ ਵੇਲੇ ਔਰ ਇੱਕ ਬੰਦਾ ਜਿਸ ਤਰੀਕੇ ਨਾਲ ਮਰਜ਼ੀ ਜਾਵੇ ਉਸ ਤਰੀਕੇ ਨਾਲ ਤੁਹਾਨੂੰ ਡੋਮੀਨੇਟ ਕਰੇਗਾ ਔਰ ਉਹਨੂੰ ਕੋਈ ਫਰਕ ਨਹੀਂ ਹੈ ਕਿ ਕਿੱਦਾਂ ਸਾਡੀ ਹਾਰਡ ਐਂਡ ਮਨੀ ਲੱਗੀ ਹੈ, ਸਾਡੀ ਇੰਨੀ ਮਿਹਨਤ ਲੱਗੀ ਹੈ, ਇੱਕ ਤਰ੍ਹਾਂ ਨਾਲ ਲਾਚਾਰੀ ਵਾਲਾ ਮਾਹੌਲ ਹੈ ਉਹਦੇ ਕਰਕੇ ਅਸੀਂ ਆਪਣਾ ਤੁਹਾਡੇ ਵਰਗੇ ਵੀਰਾਂ ਕੋਲ ਆਏ ਕਿ ਕਮ ਸੇ ਕਮ ਸਾਡਾ ਮੁੱਦਾ ਅੱਗੇ ਲੈ ਕੇ ਜਾਓ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ ਜੀ। ਅਮਰਿਤ ਜੀ, ਕੋਈ ਤੁਹਾਡੀ ਇੰਡਸਟਰੀ ਦੇ ਵਿੱਚ ਕੋਈ ਇੱਦਾਂ ਦਾ ਪੈਨਲ ਬਣਿਆ ਹੁੰਦਾ ਜਿੱਥੇ ਤੁਹਾਡੇ ਮਸਲੇ ਸੋਰਟ ਆਊਟ ਹੋ ਸਕਣ? ਜਿੱਦਾਂ ਕੋਈ ਵੀ ਹੈ ਜੋ ਸੁਸਾਇਟੀ ਦੇ ਪਿੰਡ ਦੀ ਗੱਲ ਕਰੀ ਤਾਂ ਉੱਥੇ ਵੀ ਇੱਕ ਸਰਪੰਚ ਬਣਾਇਆ ਜਾਂਦਾ, ਪੰਚਾਇਤ ਬਣਾਈ ਜਾਂਦੀ ਹੈ, ਕੋਈ ਤੁਹਾਡੀ ਇੰਡਸਟਰੀ ਦੇ ਵਿੱਚ ਕੋਈ ਇੱਦਾਂ ਦੀ ਕੋਈ ਹੈਗੀ ਹੈ ਪਾਲਿਸੀ ਜਾਂ ਕੋਈ ਇੱਦਾਂ ਦਾ ਪੈਨਲ ਬਣਿਆ ਜਿਹੜਾ ਤੁਹਾਡੇ ਇਸ ਮੁੱਦੇ ਨੂੰ ਸੁਲਝਾ ਸਕੇ? ਬਿਲਕੁਲ ਹੁੰਦਾ ਜੀ, ਜਿਵੇਂ ਪ੍ਰੋਡਿਊਸਰ ਐਸੋਸੀਏਸ਼ਨ ਹੁੰਦੀ ਹੈ ਜਿਹੜੀ ਬੰਬੇ 'ਚ ਰਜਿਸਟਰਡ ਹੁੰਦੀ ਹੈ, ਜਿਹੜੇ ਅਸੀਂ ਜਿਵੇਂ ਐਜ਼ ਏ ਪ੍ਰੋਡਿਊਸਰ ਬੰਬੇ 'ਚ ਰਜਿਸਟਰਡ ਹਾਂ, ਨਹੀਂ ਹੋਏਗਾ ਤਾਂ ਮੁੱਦਾ ਉੱਥੇ ਜਾਏਗਾ ਜੀ ਜੀ, ਫਿਰ ਐਸੋਸੀਏਸ਼ਨ ਆਪਣਾ ਜਿਵੇਂ ਬਿਠਾ ਕੇ ਜਿੱਦਾਂ ਸੋਰਟ ਆਊਟ ਕਰਾਏਗੀ ਜੋ ਹੋਏਗਾ ਜੀ। ਤੋ ਲੱਗ ਰਿਹਾ ਵੀ 16 ਨਵੰਬਰ ਤੋਂ ਪਹਿਲਾਂ ਹੋ ਜਾਊਗਾ? ਦੇਖੋ ਜੇ ਤਾਂ ਮਸਲਾ ਅੱਜ ਕੱਲ੍ਹ 'ਚ ਆਪਣਾ ਹੱਲ ਹੋ ਜਾਂਦਾ ਤਾਂ 16 ਨਵੰਬਰ ਨੂੰ ਜ਼ਰੂਰ ਅਸੀਂ ਆਪਣਾ ਦਰਸ਼ਕਾਂ ਦਾ ਸਾਹਮਣੇ ਲਿਆ ਲਈ ਸਕਸ਼ਮ ਹੋਵਾਂਗੇ, ਜਿਹੜਾ ਦਿਨ ਰਾਤ ਮਿਹਨਤ ਕਰਾਂਗੇ ਤਾਂ ਕਿ 16 ਨਵੰਬਰ ਤੱਕ ਆ ਜਾਏ। ਜੇ ਲਿੰਗਰ ਆਉਣਾ ਹੋਏਗਾ ਫਿਰ 16 ਨਵੰਬਰ ਤੋਂ ਸਾਨੂੰ ਤਰੀਕ ਜਿਹੜੀ ਪੋਸਟਪੋਨ ਕਰਨੀ ਪਏਗੀ। ਬਲੈਕਮੇਲਿੰਗ ਦੀ ਗੱਲ ਕੀਤੀ ਹੈ, ਮੈਂ ਫਿਰ ਉੱਤੇ ਆਊਂਗਾ, ਕੀ ਚੰਗੀ ਗੱਲ ਹੈ ਇੰਡਸਟਰੀ ਦੇ ਵਿੱਚ? ਬਹੁਤ ਘਟੀਆ ਗੱਲ ਹੈ ਜੀ, ਬਹੁਤ ਘਟੀਆ ਸੋਚ ਹੈ, ਲੋਕਾਂ ਨੂੰ ਜੋੜਨੇ ਚਾਹੀਦੇ ਨੇ, ਬਹੁਤ ਘਟੀਆ ਸੋਚ ਹੈ, ਇਹ ਸਿਰਫ ਮਨ ਨੂੰ ਸਮਝਾਉਣ ਦੀ ਗੱਲ ਹੈ ਕਿ ਮੇਰਾ 10 ਦਿਨ ਸ਼ੂਟ ਨਹੀਂ ਚੱਲਿਆ, ਕੈਮਰਾਮੈਨ ਜਿਹੜਾ ਕੈਮਰਾ ਜਿਹਨਾਂ ਦਾ ਆ ਰਿਹਾ, ਸਿਰਫ ਮਨ ਨੂੰ ਸਮਝਾਉਣ ਦੀ ਗੱਲ ਹੈ। ਜੇ ਬੰਦਾ ਕਹੇ ਜੀ ਮੈਂ ਲਕੀਰ ਦਾ ਫਕੀਰ ਹਾਂ ਤਾਂ ਫਿਰ ਧੱਕਾ ਮੇਰੇ ਨਾਲ ਨਹੀਂ ਹੋ ਰਿਹਾ, ਧੱਕਾ ਸਾਰੀ ਇੰਡਸਟਰੀ ਦੇ ਜਿੰਨੇ ਬੰਦੇ ਇਸ ਪ੍ਰੋਜੈਕਟ ਨਾਲ ਜੁੜੇ ਸੀ ਸਾਰਿਆਂ ਨਾਲ ਹੋ ਰਿਹਾ, ਕਿਉਂਕਿ ਨੁਕਸਾਨ ਕਿਤੇ ਵੀ ਸਾਰਿਆਂ ਦਾ ਕਰੀਅਰ ਖਰਾਬ ਹੁੰਦਾ, ਪੈਸਾ ਹੀ ਸਿਰਫ ਨਹੀਂ ਹੈਗਾ, ਜਿਹੜਾ ਬੰਦੇ ਦਾ ਇੱਕ ਕਰੀਅਰ ਆ ਉਹਦਾ ਇੱਕ ਨਾਮ ਜੁੜਨਾ ਕਿ ਵੀ ਇਹ ਫਿਲਮ ਜੇ ਆਪਣਾ ਇਸ ਲੈਵਲ 'ਤੇ ਸੀਗੀ ਉਹਦੇ 'ਚ ਮੇਰਾ ਨਾਂ ਆਇਆ ਸੀਗਾ, ਉਸ ਬਿਹਾਫ 'ਤੇ ਉਹਨੂੰ ਕੰਮ ਮਿਲਣਾ, ਉਹ ਸਾਰਾ ਕੁਛ ਉੱਥੇ ਰੁਕ ਜਾਣਾ। ਕੋਈ ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਕੋਈ ਦੈਨਿਕ ਸਵੇਰਾ ਦੇ ਮਾਧਿਅਮ ਰਾਹੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਵੀ ਤੁਹਾਡਾ ਇਹ ਮਸਲਾ ਜਾਂ ਉਹਨਾਂ ਤੱਕ ਉਹ ਮੈਸੇਜ ਪਹੁੰਚ ਸਕੇ ਜਿਹੜੇ ਲੋਕ ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ ਧਮਕੀਆਂ ਦੇ ਰਹੇ ਨੇ, ਉਹਨਾਂ ਤੱਕ ਮੈਸੇਜ ਜਾ ਸਕੇ ਜਾਂ ਇੰਡਸਟਰੀ ਦੇ ਵਿੱਚ ਇਹ ਮੈਸੇਜ ਆ ਸਕੇ ਵੀ ਜਦੋਂ ਕਿਸੇ ਪ੍ਰੋਡਿਊਸਰ ਜਾਂ ਡਾਇਰੈਕਟਰ ਜਾਂ ਕਿਸੇ ਵੀ ਫਿਲਮ ਦੇ ਨਾਲ ਜੁੜੇ ਬੰਦੇ ਦੇ ਉੱਤੇ ਕੋਈ ਮੁਸੀਬਤ ਆਵੇ ਤਾਂ ਉਹਦੇ ਨਾਲ ਕੌਣ ਖੜੇ ਔਰ ਕਿੱਦਾਂ ਉਹਨਾਂ ਦੇ ਮਸਲਿਆਂ ਨੂੰ ਸੁਲਝਾਇਆ ਜਾ ਸਕੇ? ਦੇਖੋ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਇਹ ਜਿਹੜਾ ਅੱਜ ਸਾਡੇ ਨਾਲ ਬੀਤ ਰਹੀ ਹੈ ਕਿਸੇ ਨਾਲ ਵੀ ਹੋ ਸਕਦੀ ਹੈ, ਅਤੇ ਇਸ ਸਮੇਂ ਦੇ ਵਿੱਚ ਸਾਰੀ ਇੰਡਸਟਰੀ ਨੂੰ ਇਕੱਠੇ ਹੋਣਾ ਚਾਹੀਦਾ, ਇੱਕ ਦੂਜੇ ਨੇ ਸਪੋਰਟ ਕਰਨੀ ਚਾਹੀਦੀ ਤਾਂ ਕਿ ਕਿਸੇ ਨਾਲ ਵੀ ਇੱਦਾਂ ਦਾ ਭਾਣਾ ਵਾਪਰੇ ਅਤੇ ਉਹਨੂੰ ਆਪਣਾ ਹੋਵੇ ਕਿ ਮੇਰੇ ਨਾਲ ਪੂਰੀ ਇੰਡਸਟਰੀ ਖੜੀ ਹੈ, ਹੈ ਨਾ। ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਸਾਰੇ ਇਸ ਜਿਹੇ ਮਸਲੇ ਦੇ ਵਿੱਚ ਇੱਕਜੁੱਟ ਹੋ ਜਾਣ ਤਾਂ ਕਿ ਜਿਹੜਾ ਕੋਈ ਬੰਦਾ ਆਪਣਾ ਇਹੋ ਜਿਹਾ ਫੀਲ ਕਰ ਰਿਹਾ ਉਹਨੂੰ ਇੱਕ ਸਟਰੈਂਥ ਮਿਲੇ,
ਇੱਕ ਅੰਦਰੋਂ ਭਰੇ ਨਾ, ਉਹਨੂੰ ਆਪਣਾ ਫੇਸ ਕਰਨ ਦੀ ਸ਼ਕਤੀ ਮਿਲੇ ਕਿ ਮੇਰਾ ਇੰਡਸਟਰੀ ਨਾਲ ਖੜੀ ਹੈ, ਮੈਂ ਇਕੱਲਾ ਨਹੀਂ ਹਾਂ। ਜੀ ਜੀ ਬਿਲਕੁਲ, ਇੰਡਸਟਰੀ ਦੇ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ, ਔਰ ਜਦੋਂ ਕਿਤੇ ਇਹੋ ਜਿਹੀ ਕੋਈ ਘਟਨਾ ਵਾਪਰਦੀ ਹੈ ਜਾਂ ਕੋਈ ਇੰਸੀਡੈਂਟ ਹੁੰਦਾ ਡਿਊਰਿੰਗ ਸ਼ੂਟ, ਜਾਂ ਵੈਸੇ ਵੀ ਇੰਡਸਟਰੀ ਦੇ ਜਦੋਂ ਕਿਤੇ ਹਵੀ ਨਵੀ ਹੁੰਦੀ ਹੈ ਜਾਂ ਕਿਸੇ ਦੇ ਉੱਤੇ ਭਾਰੀ ਸਮਾਂ ਆਉਂਦਾ, ਤਾਂ ਉੱਥੇ ਸਾਰਿਆਂ ਨੂੰ ਇੱਕਜੁੱਟ ਹੋ ਕੇ ਇੱਕ ਸਹੀ ਫੈਸਲਾ ਲੈਣਾ ਚਾਹੀਦਾ, ਔਰ ਇਹੋ ਜਿਹੇ ਵਿਵਾਦਾਂ ਨੂੰ ਜਲਦ ਤੋਂ ਜਲਦ ਸੁਲਝਾਉਣਾ ਚਾਹੀਦਾ, ਕਿਉਂਕਿ ਇਸ ਦੇ ਨਾਲ ਇੰਡਸਟਰੀ ਦੇ ਵਿੱਚ ਤਾਂ ਗਲਤ ਮੈਸੇਜ ਆਏਗਾ, ਦਰਸ਼ਕਾਂ ਦੇ ਵਿੱਚ ਬੜਾ ਗਲਤ ਮੈਸੇਜ ਆਏਗਾ, ਕਿਉਂਕਿ ਅੱਜ ਪੰਜਾਬੀ ਇੰਡਸਟਰੀ ਦੇ ਲੋਕ ਬਾਲੀਵੁੱਡ ਦੇ ਵਿੱਚ ਜਾ ਕੇ ਹਾਲੀਵੁੱਡ ਤੱਕ ਪਹੁੰਚ ਚੁੱਕੇ ਨੇ, ਔਰ ਇਹਨਾਂ ਲੋਕਾਂ ਦੇ, ਇਹਨਾਂ ਕਰੂਜ਼ ਤੋਂ ਲੈ ਕੇ ਡਾਇਰੈਕਟਰਸ ਤੱਕ, ਪ੍ਰੋਡਿਊਸਰਸ ਤੱਕ, ਇਹਨਾਂ ਐਕਟਰਸ ਦੀ ਬਦੌਲਤ ਹੀ ਜਿਹੜੇ ਹੈਗੇ ਨੇ ਇਹ, ਇਹਨਾਂ ਨੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ। ਸੋ ਇਸ ਮੁੱਦੇ ਦੇ ਉੱਤੇ ਵੀ ਬੜੀ ਗੰਭੀਰਤਾ ਦੇ ਨਾਲ ਇਸ ਮੁੱਦੇ ਨੂੰ ਲੈਣਾ ਚਾਹੀਦਾ ਹੈ। ਬਲੈਕਮੇਲਿੰਗ ਵਰਗੀ ਗੱਲ ਕਿਤੇ ਨਹੀਂ ਆਉਣੀ ਚਾਹੀਦੀ, ਆਪਸੀ ਸਾਂਝ ਅਤੇ ਪਿਆਰ ਦੇ ਨਾਲ, ਜਿਵੇਂ ਫਿਲਮਾਂ ਦੇ ਵਿੱਚ ਲੋਕਾਂ ਨੂੰ ਪਿਆਰ ਦਰਸਾਇਆ ਜਾਂਦਾ, ਉਹ ਸਮਾਂ ਦਿਖਾਇਆ ਜਾਂਦਾ ਜਿਸ ਸਮੇਂ ਲੋਕ ਇੱਕ ਦੂਸਰੇ ਦੇ ਹਾਣੀ ਬਣਦੇ ਸਨ, ਅਜਿਹਾ ਮੈਸੇਜ ਦੇਣਾ ਚਾਹੀਦਾ, ਔਰ ਆਪਸੀ ਦੁਸ਼ਮਣੀਆਂ ਜਾਂ ਦੂਸ਼ਣਬਾਜ਼ੀਆਂ ਤੋਂ ਦੂਰ ਰਹਿ ਕੇ ਸਾਰਾ ਕੁਝ ਜਿਹੜਾ ਹੈਗਾ ਉਹਨੂੰ ਸਫਲਤਾਪੂਰਵਕ ਸਿਰੇ ਚਾੜਨਾ ਚਾਹੀਦਾ, ਤਾਂ ਜੋ ਕੀਤੀ ਗਈ ਮਿਹਨਤ, ਫਿਲਮ ਦੇ ਉੱਤੇ ਜਿਹੜੀ ਮਿਹਨਤ ਕੀਤੀ ਜਾਂਦੀ ਆ, ਉਹ ਲੋਕਾਂ ਤੱਕ ਪਹੁੰਚੇ ਔਰ ਲੋਕ ਉਸ ਚੀਜ਼ ਨੂੰ ਸੁਣਾਉਣ। ਅਮਰਿਤ ਜੀ, ਤੁਸੀਂ ਸਟੂਡੀਓ ਦੇ ਵਿੱਚ ਆਏ, ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਤੁਹਾਡੀ ਫਿਲਮ 16 ਨਵੰਬਰ ਨੂੰ ਹੀ ਰਿਲੀਜ਼ ਹੋਵੇ, ਔਰ ਬੈਸਟ ਵਿਸ਼ਿਜ਼ ਨੇ ਤੁਹਾਡੀਆਂ। ਥੈਂਕ ਯੂ ਵੈਰੀ ਮੱਚ, ਤੁਸੀਂ ਇੰਨਾ ਸਪੋਰਟ ਕੀਤਾ, ਇੰਨਾ ਸਾਥ ਦਿੱਤਾ, ਵੀ ਤੁਸੀਂ ਇੰਨੇ ਘੱਟ ਸਮੇਂ ਦੇ ਵਿੱਚ ਇਹ ਸਾਰਾ ਆਪਣਾ ਜਿਵੇਂ ਸਾਡਾ ਸਾਥ ਦੇ ਕੇ ਸਪੋਰਟ ਲਈ ਸਾਡੇ ਲਈ ਖੜੇ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੈਨਿਕ ਸਵੇਰਾ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ ਜੀ। ਸੋ ਇਹ ਸਨ ਅਮਰਿਤ ਜੁਨੇਜਾ ਜੀ, ਜਿਹਨੇ ਪੂਰਾ ਇੰਸੀਡੈਂਟ ਦੱਸਿਆ ਕਿ ਕਿਵੇਂ ਇੰਸੀਡੈਂਟ ਹੋਇਆ ਔਰ ਕਿਵੇਂ ਇਹਨਾਂ ਦੀ ਫਿਲਮ ਜਿਹੜੀ ਹੈ ਰਿਲੀਜ਼ ਹੋਣ ਦੇ ਕੰਢੇ 'ਤੇ ਆ ਕੇ ਥੋੜ੍ਹੀ ਜਿਹੀ ਮੁਸੀਬਤ ਦੇ ਵਿੱਚ ਘਿਰੀ ਆ। ਸੋ ਦੈਨਿਕ ਸਵੇਰਾ ਵੀ ਬੈਸਟ ਵਿਸ਼ਿਜ਼ ਦਿੰਦਾ ਕਿ ਜਲਦ ਤੋਂ ਜਲਦ ਇਹ ਵਿਵਾਦ ਸੋਲਟ ਆਊਟ ਹੋਵੇ, ਔਰ ਜਿਹੜੇ ਕੰਪਨੀ ਦੇ ਨਾਲ ਇਹਨਾਂ ਦਾ ਵਿਵਾਦ ਚੱਲ ਰਿਹਾ ਉਹ ਵੀ ਥੋੜ੍ਹਾ ਜਿਹਾ ਸਮਝ ਕੇ ਇੱਕ ਸਹੀ ਪਲੈਟਫਾਰਮ ਦੇ ਉੱਤੇ, ਇੱਕ ਪਲੈਟਫਾਰਮ ਦੇ ਉੱਤੇ ਆ ਕੇ ਇਸ ਮੁੱਦੇ ਨੂੰ ਗੱਲਬਾਤ ਦੇ ਰਾਹੀਂ, ਡਾਇਲੋਗ ਦੇ ਜ਼ਰੀਏ ਸੁਲਝਾਉਣ। ਧੰਨਵਾਦ।